ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ? ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਆਪਣੇ ਯੂਟਿਊਬ ਚੈਨਲ ਜਿਮੀਦਾਰ ਵਲੋਗ ਦੇ ਉੱਤੇ। ਅਤੇ ਆਪਾਂ ਕਰਨ ਲੱਗੇ ਅੱਜ ਦਾ ਨਵਾਂ ਵਲੋਗ ਸ਼ੁਰੂ। ਅਤੇ ਅੱਜ ਕੱਢ ਰਹੇ ਹਾਂ ਝੂਨੇ ਦੇ ਵਿੱਚੋਂ, ਕੱਖ ਦੇ ਮੌਸਮ ਹੋ ਗਿਆ, ਤੁਸੀਂ ਦੇਖੋ ਬਹੁਤ ਠੰਡਾ। ਅਤੇ ਆ ਜਾਓ, ਕਰੋ ਆਪਣਾ ਵਲੋਗ ਇੰਜੋਏ, ਅਤੇ ਵੀਡੀਓ ਨੂੰ ਲਾਈਕ ਕਰੋ ਜ਼ਰੂਰ, ਸ਼ੇਅਰ ਕਰੋ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਜੀ। ਵੈਸੇ ਇਸ ਵਾਰ ਕੱਖ ਜਿਹੜਾ ਨਾ ਬਹੁਤ ਘੱਟ ਆ, ਐਡਾ ਕੋਈ ਕੱਖ ਹੈ ਨਹੀਂ ਗਾ ਖਾਸ, ਕਿਉਂਕਿ ਝੋਨਾ ਜਦੋਂ ਲਾਇਆ ਜੀ ਆਪਾਂ ਤਾਂ ਮੀਂਹ ਕਾਫੀ ਪੈ ਗਿਆ ਸੀ ਉੱਤੇ, ਅਤੇ ਝੋਨੇ ਦੇ ਜਿੱਦਾਂ ਪੈਰੀਂ ਤੋਂ ਔੜ ਜੀ ਨਹੀਂ ਲੱਗੀ, ਲੱਗਦੇ ਸਾਰ ਝੋਨੇ ਨੂੰ ਸੁੱਕਿਆ ਨਹੀਂ ਖੇਤ 'ਚੋਂ ਪਾਣੀ, ਜਿਹਦੇ ਕਰਕੇ ਮਤਲਬ ਕੱਖ ਜਿਹੜਾ ਥੋੜ੍ਹਾ ਘੱਟ ਹੋਇਆ, ਬਹੁਤ ਘੱਟ ਹੋਇਆ ਐਤਕੀ। ਪਿਛਲੇ ਸਾਲ ਇੱਥੇ ਕੱਖ ਬਹੁਤ ਜ਼ਿਆਦਾ ਸੀਗਾ, ਐਤਕੀ ਤਾਂ ਕੱਖ ਤੋਂ ਕਾਫੀ ਬਚਾ ਆ। ਇੰਨਾ ਗਿਆ ਨਿਕਲ, ਇੰਨਾ ਰਹਿ ਗਿਆ, ਅਤੇ ਉਹ ਬਾਪੂ ਨੇ ਉਹ ਵੀ ਨਿਬੇੜੀ ਦਿੱਤਾ ਆ। ਅਤੇ ਆਪਾਂ ਹੁਣ ਹੋ ਗਿਆ ਰੋਟੀ ਦਾ ਟਾਈਮ, ਅਤੇ ਰੋਟੀ ਚੱਲੀਏ ਖਾਣ। ਹਾਲਤ ਦੇਖੋ ਵੱਡੀ, ਐਤਕੀ ਮੀਂਹ ਜਿਹੜੇ ਸਹੀ ਮਾਤਰਾ 'ਚ ਪੈਣ ਦਾ ਕਰਕੇ ਹੈ ਨਾ, ਮੀਂਹ ਬਿਲਕੁਲ ਸਹੀ ਪੈ ਸੀਗੇ ਪਹਿਲਾਂ ਪਹਿਲਾਂ ਜਦੋਂ ਝੋਨਾ ਲਾਇਆ ਆਪਾਂ। ਅਤੇ ਇੱਕ ਮਿੰਟ ਮੈਂ ਫੇਸ ਕੈਮ ਕਰਾਂ, ਹੈ ਨਾ। ਐਤਕੀ ਗੱਲ ਇੱਦਾਂ ਸੀ ਜੀ, ਮੀਂਹ ਮੂੰਹ ਪਏ ਆ ਬਿਲਕੁਲ ਠੀਕ, ਜਿਹਦੇ ਕਰਕੇ ਝੋਨੇ ਦੇ ਵਿੱਚੋਂ ਕੱਖ ਜਿਹੜਾ ਆ ਉਹ ਬਹੁਤ ਮਤਲਬ ਨਾ ਮਾਤਰਾ 'ਚ ਹੀ ਹੋਇਆ ਵਾ, ਤੁਸੀਂ ਦੇਖ ਹੀ ਲਿਆ ਵਾ ਆਪਾਂ ਝੋਨੇ 'ਚ ਕਿਹੜਾ ਕੱਢ ਲਿਆ ਨਾ, ਕੱਖ ਬਹੁਤ ਘੱਟ ਆ। ਕੱਖ ਘੱਟ ਹੋਣ ਦਾ ਕਾਰਨ ਸਹੀ ਮੀਂਹ ਪੈਣੇ ਵੀ ਆ, ਅਤੇ ਉਹਦੇ ਨਾਲ ਨਾਲ ਬਾਕੀ ਇੱਦਾਂ ਮੈਂ ਦਵਾਈਆਂ ਦਵੂਈਆਂ ਵੀ ਕਈ ਬੰਦੇ ਬਹੁਤ ਪਾਉਂਦੇ ਆ, ਠੀਕ ਆ ਜਿੰਨੀ ਕੁ ਲੋੜ ਆ ਉਨੀ ਕੁ ਪਾਓ, ਪਰ ਜ਼ਿਆਦੀ ਨਾ, ਹੱਥੀਂ ਕੱਖ ਕੱਢਣਾ ਜ਼ਿਆਦਾ ਬੈਟਰ ਆ। ਜ਼ਿਆਦਾ ਝੋਨਾ ਹੋਵੇ, ਬਹੁਤ ਜ਼ਿਆਦਾ ਹੋਵੇ ਫਿਰ ਤਾਂ ਠੀਕ ਆ, ਪਰ ਜਦੋਂ ਆਪਾਂ ਪਤਾ ਵੀ 8-10 ਖੱਤਿਆਂ ਤੱਕ ਤਾਂ ਤੁਸੀਂ ਯਾਰ ਨੋਰਮਲ ਸਾਂਭ ਸਕਦੇ ਹੈ ਨਾ, 2-3 ਬੰਦੇ ਘਰ ਦੇ ਹੁਣ ਸਾਂਭ ਸਕਦੇ ਵਧੀਆ। ਅਤੇ ਰੋਟੀ ਰੋਟੀ ਖਾ ਕੇ ਆਈਏ ਹੁਣ, ਫਿਰ ਕਰਦੇ ਗੱਲਬਾਤ, ਜੇ ਕੋਈ ਹੋਰ ਕੰਮ ਨਾ ਹੋਇਆ, ਕਿਸੇ ਹੋਰ ਪਾਸੇ ਨਾ ਜਾਣਾ ਹੋਇਆ, ਤਾਂ ਫਿਰ ਆਪਾਂ ਇੱਥੇ ਆ ਜਾਣਾ ਫਿਰ ਵਾਪਸ, ਠੀਕ ਹੈ ਜੀ। ਉੱਦਾਂ ਤਾਂ ਆਹ ਵੀ ਨਿਬੜੀ ਗਏ ਆ ਬਾਪੂ ਸਾਡੇ, ਨਿਬੇੜਤਾ ਕੰਮ ਸਾਰਾ, ਉਹੋ ਹੀ ਰਹਿ ਗਏ ਅਤੇ ਉਹ ਜਿਹੜੇ 2.5 ਕਿੱਲੇ ਜਿਹੜੇ ਉੱਧਰ ਆ, ਜੇ 'ਚ ਮੈਂ ਲੱਗਾ ਉਹ ਤਾਂ ਆਹ ਉਹ ਪਰੇ ਨੂੰ ਗਿਆ ਉੱਥੇ ਉਹਨਾਂ ਨੂੰ ਕੋਈ ਬਾਜ ਕੇ ਤਾਈ, 1.5 ਕਿੱਤੇ ਰਹਿ ਗਿਆ ਫਿਰ। ਚਲੋ ਉਹ ਜਿਹੜੇ ਰਾਹ ਦੇ ਨਾਲ ਆ ਉਹ ਤਾਂ ਬਾਹਲੇ ਵਿਰਲੇ ਆ, ਉਹ ਤਾਂ ਬਿਲਕੁਲ ਹੀ ਘੱਟ ਆ ਕੱਖ ਉਹ 'ਚ, ਜਿਹੜਾ ਕੱਢਣਾ ਵੀ ਪਿਆ ਤਾਂ ਮਾੜਾ ਮੋਟਾ ਕੋਈ ਚੱਕਰ ਨਹੀਂ ਹੈ ਨਾ, ਦਿਸਣਾ ਨਹੀਂ, ਕੱਢ ਦਿੱਤਾ ਇੱਥੋਂ ਇੱਥੋਂ ਨਿਕਲ ਗਿਆ ਸਾਰੇ। ਖੱਤੇ ਦਾ 2000 ਰੁਪਏ ਮੰਗਦੇ ਸੀ, 2000 ਦਾ ਕੰਮ ਆਪਾਂ ਕਹਿੰਦੇ 8 ਖੱਤੇ ਦਾ ਕੱਢਣਾ, 16000 ਦਾ ਕੰਮ ਬਚਾ ਲਿਆ, ਹੈ ਤਾਂ ਕੱਖ ਵੀ ਨਹੀਂ ਸੀਗਾ ਵਿੱਚ ਉਹਦਾ, ਇੱਡਾ ਕੋਈ ਖਾਸ ਕੱਖ ਤਾਂ ਨਹੀਂ। ਬਾਹਰ ਕੱਢ ਕੱਢ ਕੇ ਖਾਂਦੀ ਉਹਦੇ ਵਿੱਚ। ਲਓ ਜੀ ਰੋਟੀ ਪਾਣੀ ਫਿਨਿਸ਼, ਤਾਂ ਕੰਮ ਸ਼ੁਰੂ। ਜਾਣਾ ਅੱਜ ਆਪਾਂ ਘੁੰਮਣ ਫਿਰਨ ਵੀ, ਅਤੇ ਉੱਗੀ ਨੂੰ ਜਾਣਾ ਸੌਦਾ ਪਤਾ ਲੈਣ ਥੋੜ੍ਹਾ ਜਿਹਾ। ਫਿਲਹਾਲ ਆਪਾਂ ਉੱਥੇ ਹੀ ਚੱਲਦੇ ਹਾਂ ਬਾਪੂ ਦੇ ਕੋਲ ਹੀ, ਜਾ ਕੇ ਅਤੇ ਝੋਨੇ 'ਚ ਜਿਹੜਾ ਰਹਿ ਗਿਆ ਕੱਖ ਕੱਢ ਕੇ 1.5 ਕਿੱਲਾ ਅਤੇ ਨਿਬੇੜ ਕੇ ਫਿਰ ਚੱਲਦੇ ਹਾਂ। ਲਓ ਵੀ ਮਿੱਤਰੋ, ਕੱਖ ਤਾਂ ਅਸੀਂ ਦਿੱਤਾ ਕੱਢ, ਬਾਪੂ ਨੇ ਫਾਈਨਲ ਕਿਹੜਾ ਲਾ ਦਿੱਤਾ ਹੋਇਆ, ਅਤੇ ਇੱਥੇ ਹੋ ਗਿਆ ਸਾਡਾ ਨਿਬੇੜਾ। ਚਲੋ ਜੀ, ਦੇਖੋ ਤਾਂ ਦੀਦਾ ਯਾਰ ਅੱਗੇ ਕਿਤੇ ਕੱਖ ਦਾ ਬੂਟਾ, ਥੈਂਕ ਯੂ।
ਜੀ ਆਪਾਂ ਆ ਗਏ ਹਾਂ ਉੱਗੀ ਅੱਡੇ 'ਚ, ਅਤੇ ਆ ਜਾਓ ਇੱਥੇ ਲੈਂਦੇ ਹਾਂ ਸੂਟਾਂ ਦੀ ਖਰੀਦਦਾਰੀ ਕਰਦੇ ਹਾਂ, ਸੂਟ ਲੈਣੇ ਆ। ਹੈਂ ਉੱਗੀ ਕੀ ਕਰਨਾ ਆ? ਹੈਂ ਦੱਸ ਮੈਨੂੰ ਕੀ ਕਰਨਾ ਆ ਉੱਗੀ? ਲਓ ਜੀ ਦੀਪ ਭਾਈ ਦੁਕਾਨ ਜੱਪੇ ਚੜ ਜਾ। ਅਤੇ ਆਪਾਂ ਆ ਗਏ ਹਾਂ ਜੀ ਸੂਟਾਂ ਵਾਲੀ ਦੁਕਾਨੇ ਦੀਪੇ ਭਾਅ ਜੀ ਕੋਲ, ਅਤੇ ਆ ਦੇਖੋ ਦੁਕਾਨ ਦੇ ਉੱਤੇ ਸੂਟ ਹੀ ਸੂਟ ਹੈ ਸਾਰੇ ਪਾਸੇ। ਇਹ ਉੱਗੀ ਅੱਡੇ 'ਚ ਮੇਨ ਦੁਕਾਨ ਹੈ ਭਾਅ ਜੀ ਹੁਣਾਂ ਦੀ, ਵਧੀਆ ਸਸਤੇ ਸੂਟ ਇੱਥੋਂ ਮਿਲ ਜਾਂਦੇ ਆ। ਚੱਲ ਵੀ ਗਿਆ ਆ, ਭੇਜ ਨਹੀਂ ਦੇਣਾ, ਭੇਜ ਦਿੱਤਾ ਪਾਪੇ ਬੀਬੀ ਦੋਨੇ ਅਮੈਰੀਕਾ ਜੇ ਹੁੰਦੇ ਤਾਂ ਇੱਥੇ ਦੁਕਾਨ 'ਤੇ ਹੋਣੇ ਸੀਗੇ। ਕਿਉਂ ਭਾਅ ਜੀ ਲਓ ਵੀ ਮਿੱਤਰੋ ਸ਼ੋਪਿੰਗ ਤਾਂ ਹੋ ਗਈ, ਸੂਟ ਲੈ ਜਾਂਦੇ ਉੱਗੀ ਅੱਡਾ ਵੀ ਘੁੰਮ ਲਿਆ, ਅਤੇ ਹੁਣ ਆਪਾਂ ਆਪਣੀ ਆ ਗਏ ਹਾਂ ਡਿਊਟੀ 'ਤੇ ਘਰ ਆ ਕੇ, ਅਤੇ ਆਉਂਦਿਆਂ ਆਪਣੀ ਡਿਊਟੀ ਕਿਹੜੀ ਹੁੰਦੀ ਆ? ਆਹੋ, ਅਤੇ ਨਾਲ ਹੁੰਦੀ ਆ ਆਹ ਪੱਠੇ ਵੱਢਣ ਵਾਲੀ, ਅਤੇ ਹੁਣ ਆਪਾਂ ਵੱਢਣੇ ਆ ਪੱਠੇ, ਅਤੇ ਵਲੌਗ ਕਰਦੇ ਹਾਂ ਇੱਥੇ ਖਤਮ। ਵਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਆਪਣੇ ਜਿਹੜੇ ਵਲੌਗ ਆ ਸਾਰਿਆਂ ਨੂੰ ਇੱਦਾਂ ਦੇਖਿਆ ਕਰੋ, ਪੂਰੇ ਦੇਖਿਆ ਕਰੋ, ਵੀਡੀਓ ਨੂੰ ਲਾਈਕ ਕਰਿਆ ਕਰੋ, ਚੈਨਲ ਨੂੰ ਸ਼ੇਅਰ ਕਰਿਆ ਕਰੋ, ਆਪਣੇ ਯਾਰਾਂ ਦੋਸਤਾਂ ਨਾਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਥੈਂਕ ਯੂ ਵੈਰੀ ਮੱਚ, ਮਿਲਦੇ ਹਾਂ ਅਗਲੇ ਵਲੌਗ 'ਚ।